साल पहले मैंने मेजा फेंका था जी। और ये अच्छू पैदा हुआ था जी। मैं चाहता हूँ कि एक मेजा और चलाऊं, ठीक है, दूसरा अच्छू भी तैयार करूं, तो आपका क्या इरादा है? परसों सारे मैं बाथरूम च बैठा तेरा नेदा और मेरे नेदे दे कोलों लंघे आ। वड्डे मुकाबले जितदा फिरदा ਉਹ ਨੇਜ਼ਾ ਤੇ ਸੁੱਟਦਾ ਸੀ ਮੇਰਾ ਚੌਧਰੀ। ਉਹ ਇੰਜ ਕਰਕੇ ਇਹਨੇ ਨੇਜ਼ਾ ਸੁੱਟਣਾ, ਚੁਦਰਾਣੀ ਨੇ ਇੰਜ ਕਰ ਲੈਣਾ। ਇੱਕ ਲੱਤ ਇੱਥੇ ਰੱਖੀ ਦੀ ਹੁੰਦੀ, ਇੱਥੇ ਇੱਕ ਲੱਤ ਪਿੱਛੇ ਰੱਖੀ ਦੀ ਹੁੰਦੀ, ਇੱਕ ਲੱਤ ਪਿੱਛੇ ਇੱਥੋਂ ਫੜੀ ਦਾ ਹੁੰਦਾ। ਮੇਰੇ ਕੋਲ ਤੇ ਨੇਜ਼ਾ ਹੈ ਹੀ ਨਹੀਂ, ਤੁਸੀਂ ਮੇਰਾ ਫੜ ਲਓ ਨਾ। ਅੱਜ ਆਪਣੇ ਪਿਓ ਦੀ ਕੰਡ ਨਾ ਲੱਗਣ ਦੇ। ਨਹੀਂ ਅੱਬਾ ਜੀ, ਤੁਹਾਡੀ ਨੂੰਹ ਦੀ ਲਾਵਾਂਗਾ। ਬਣ ਕੇ ਘੋੜੇ ਦੇ ਉੱਤੇ ਬੈਠਾ, ਉਹਨੇ ਅਗਲੀਆਂ ਲੱਤਾਂ ਚੁੱਕੀਆਂ ਤੇ ਡਿੱਗ ਪਿਆ, ਤੇ ਫਿਰ ਬੈਠਾ, ਫਿਰ ਚੁੱਕੀਆਂ, ਫਿਰ ਡਿੱਗ ਪਿਆ। ਘੋੜੇ ਦੇ ਥੱਲੇ ਬਣ ਗਿਆ, ਕਹਿੰਦਾ ਤੁਸੀਂ ਜਾਓ, ਮੈਂ ਲੰਮਕ ਕੇ ਆਵਾਂਗਾ। ਕਿਆ ਇਹ ਹੁੰਦਾ, ਇੱਕ ਨੇਜ਼ਾ ਬੈਜਾਨ ਉੱਤੋਂ ਚੁੰਝ ਹੁੰਦੀ, ਥੱਲੇ ਸਿੱਧਾ ਹੁੰਦਾ, ਚੱਲਿਆ ਬਹੁਤ ਇਹਨਾਂ ਬੈਜਾਨ। ਚੌਧਰੀ ਸੁਣੀ, ਔਰ ਮੇਰਾ ਪੁੱਤਰ 18ਵੇਂ ਗ੍ਰੇਡ ਅਫਸਰ ਵੀ ਹੋ ਗਿਆ ਹੈ ਤੇ ਨਾਲੇ 88 ਮੀਟਰ ਤੇ ਛੁੱਟਿਆ ਹੈ। ਤੁਸੀਂ ਤੁਸੀਂ ਕਿੰਨਾ ਸੁੱਟ ਸਕਦੇ ਹੋ? ਮੈਨੂੰ ਸ਼ੁਕਰ ਹੈ, ਮੇਰਾ ਤੇ 80 ਮੀਟਰ ਦੀ ਜਾਂਦਾ। ਉਹ ਗੱਲ ਸੁਣ, ਤੇਰੀ ਮਿਹਰਬਾਨੀ ਕੋਚ, ਚੁੱਪ ਰਹੀ, ਮੈਂ ਸਹੁਰਿਆਂ ਦੇ ਘਰ ਤੋਂ ਕਿਤੇ ਨਾ ਆਪਾਂ ਬਣ ਜੇ ਰਹਿਣ, ਤੁਸੀਂ ਮੰਜੀ ਤੇ ਸੌ ਜਾਣਾ, ਮੈਂ ਥੱਲੇ ਤੁਹਾਡੀ ਅੰਪੈਰਿੰਗ ਕਰਾਂ ਨਾ ਜਾਣ। ਮੰਜੀ ਥੱਲੇ ਨਾ ਵੜੀ, ਐਵੇਂ ਨੇਜ਼ਾ ਮੂੰਹ 'ਚ ਵੜ ਜਾਏਗਾ। ਚੌਧਰੀ ਜ਼ਿੰਦਗੀ ਰਹੀ ਤਾਂ ਸਦਕਾ ਤੈਨੂੰ ਹੀ ਦਿਆਂਗੇ ਜਾ। ਅੱਛਾ ਜੀ, ਤੇ ਟਾਈਮ ਕੱਢ ਕੇ ਭੈਣ ਵੀ ਮੈਨੂੰ ਦੇਣੀ ਹੈ। ਨਾ ਕੇ ਬਾਹਰ ਨਿਕਲੇ, ਇਹਦੀ ਬੁੱਢੀ ਕਹਿੰਦੀ ਤੁਹਾਨੂੰ ਕਾਲਾ ਸੂਟ ਕਿੱਡਾ ਸੋਹਣਾ ਲੱਗਣ ਦਿਆ, ਕਹਿੰਦਾ ਸਾਲੀਏ ਕੁੰਡੀ ਲਾ, ਮੈਂ ਨੰਗਾ ਖਲੋਤਾ। ਤੋ ਆਪਨੇ ਕਿਆ ਸੋਚ ਕਰ ਆਪਣੀ ਬੇਟੀ ਜੋ ਹੈ ਕਿਆ ਦੇਖ ਕਰ ਬਲਕਿ ਆਪਣੀ ਬੇਟੀ ਦੀ ਅਰਸ਼ ਨਦੀਮ ਕੋ ਜੋ ਮੈਨੇ ਦੇਖਾ, ਅਗਰ ਆਪ ਬਹੁਤ ਦੇਖ ਲੈਣ, ਆਪਕੇ ਮੂੰਹ ਮੇਂ ਵੀ ਪਾਣੀ ਆ ਜਾਏਗਾ। ਮਾਂ ਨੂੰ ਡਾਂਸ ਕਰਨ ਦਾ ਬੜਾ ਸ਼ੌਕ, ਉਹ ਸਾਰੀ ਡੈਕ ਲਾ ਕੇ ਇਹ ਸਟੈਪ ਕਰਦੀ ਰਹੀ ਹੈ। ਮੈਂ ਜਿੱਤਿਆ ਕਿਹੜੇ ਮੇਰੇ ਨਾਲ, ਸਾਰੇ ਮੇਰਾ ਹੱਥ ਵਾਲਾ ਹੁੰਦਾ, ਤੁਸੀਂ ਸਲਵਾਰ ਵਾਲਾ ਸਮਝਣਗੇ। ਮੇਰੀ ਗੱਲ ਸੁਣ, ਮੈਂ ਹੀ ਹਕੂਮਤ ਵਾਲੀ ਸਾਈਡ ਤੋਂ, ਮੈਨੂੰ ਹਕੂਮਤ ਨੇ ਘੱਲਿਆ। ਹਕੂਮਤ ਤੇ ਮੈਡਲ ਦਿੰਦੀ, ਹੁਣ ਔਰਤਾਂ ਵੀ ਦੇਣ। ਕਿਸ ਕੋ ਕੈਸੇ ਪਕੜਨਾ ਹੈ? ਇੱਥੋਂ ਉੱਤੋਂ।
ਫੜਨਾ ਜੀ ਇੱਥੋਂ ਕਰਕੇ ਆਪਾਂ।